वाहिगुरु जी का खालसा, श्री वाहिगुरु जी की फतेह। मैं परमात्मा की अरदास करदा हां कि तुसी सारे चढ़दी कला च रहो जी, महाराज थानू दिन दुगुणी ते रात चौगुणी तरक्की बख्शे ते सब नू देह रोगता बख्शे जी। सारे माणो जी अपनी अपनी जिंदगी दे विच आनंद। ट्राला जिहड़ा भरिया सी जी आपां नजीरी वाला, ਉਹ ਮੰਡੀ 'ਚ ਗਿਆ ਪਹੁੰਚ ਅਤੇ ਭਰਾਈ ਉਹਦੀ ਹੋਈ ਨਹੀਂ ਅਜੇ, ਵਿਚਾਲੇ ਪਿਆ। ਚਲੋ ਕੋਈ ਨਹੀਂ, ਹੌਲੀ ਹੌਲੀ ਮਹਾਰਾਜ ਕਰੂ ਦਿਆ। ਸਾਰੇ ਜ਼ਿਮੀਂਦਾਰਾਂ ਦੀਆਂ ਜੀਰੀਆਂ ਤਕਰੀਬਨ ਭਰਾਈ ਹੋ ਗਈ ਜੀ ਸ਼ੁਰੂ। ਚਲੋ ਨੰਬਰ ਵਾਈਜ਼ ਸਾਰਿਆਂ ਦੇ ਨੰਬਰ ਆਈ ਜਾਣੇ, ਭਰੀ ਜਾਣੀ ਜੀਰੀ। ਅਤੇ ਮੇਰਾ ਤਾਂ ਟਰਾਲੀ ਜੀ ਕੱਲ੍ਹ ਪਹੁੰਚਿਆ ਸੀ ਮੰਡੀ ਦੇ ਵਿੱਚ, ਅਤੇ ਮੇਰਾ ਨੰਬਰ ਇੰਨੀ ਛੇਤੀ ਨਹੀਂ ਲੱਗਣਾ ਸੀ। ਅਤੇ ਹੁਣ ਮੈਂ ਸਾਈਕਲ ਚੱਕ ਕੇ ਤੁਰ ਪਿਆ ਜੀ ਕਾਲੇ ਨੂੰ ਲੱਭਣ, ਵੀ ਜਿਹੜਾ ਅਗਲਾ ਟਰਾਲਾ ਉਹ ਕਦੋਂ ਭਰਦਾ ਕਦੋਂ ਨਹੀਂ। ਟਾਈਮ ਲੈਣਾ ਪੈਣਾ, ਸੀਜ਼ਨ ਦਾ ਟਾਈਮ ਹੈ, ਮਸ਼ੀਨ ਕਿਹ ਚੱਲ ਰਹੀ, ਅਤੇ ਹੁਣ ਉਹਨੂੰ ਲੱਭਦਾ ਫਿਰ ਰਿਹਾ। ਫੋਨ ਤਾਂ ਕੀਤਾ ਸੀ ਉਹਨੂੰ, ਉਹ ਕਹਿੰਦਾ ਵੀ ਮੰਡ 'ਚ ਚੱਲ ਰਿਹਾ ਮੈਂ। ਕਰੈਕਟ ਲੋਕੇਸ਼ਨ ਤਾਂ ਉਹਨੇ ਵੀ ਨਹੀਂ ਦੱਸੀ ਹੈਗੀ ਵੀ ਕਿੱਥੇ ਹੈ ਕਿੱਥੇ ਨਹੀਂ। ਮਾਂ ਚੱਲ ਪ੍ਰਸ਼ਾਦੇ ਛਕੇ ਸੀ ਜੀ 12:30 ਵਜੇ ਦੇ ਕਰੀਬ, ਵੀ ਨਾਲੇ ਥੋੜ੍ਹੀ ਜਿਹੀ ਸਰੀਰ ਨੂੰ ਤੰਗੀ ਦੇ ਲਾਂਗੇ ਸਾਈਕਲ ਪਰ, ਨਾਲੇ ਕਾਲੇ ਨੂੰ ਲੱਭਦਾ, ਦੇਖਦਾ ਕਿੱਥੇ ਕੁ ਲੱਗਿਆ ਆਪਾਂ ਕਿੱਥੇ ਨਹੀਂ। ਸੁਣ 'ਚ ਤਾਂ ਆਇਆ ਵੀ ਅੱਜ ਆਪਣੀ ਜੀਰੀ ਵੱਢ ਰਿਹਾ ਉਹ, ਬਾਕੀ ਉਹਦਾ ਖੇਤਾਂ ਕੋਲ ਜਾ ਕੇ ਪਤਾ ਲੱਗੂਗਾ। ਤੁਸੀਂ ਹੁਣ ਬਲੌਗ ਦੇ ਨਾਲ ਬਣੇ ਰਹੋ ਜੀ, ਉੱਥੇ ਜਾ ਕੇ ਕਰਦਾ ਉਹਦੇ ਨਾਲ ਗੱਲਬਾਤ ਵੀ। ਭਾਈ ਮੇਰਾ ਨੰਬਰ ਵੀ ਪੜ੍ਹਦੇ ਆਇਆ ਵਾ, ਇੱਧਰਲੀ ਸਾਡ ਮੰਡ ਵਾਲੀ ਸਾਡੇ ਜਿੱਧਰ ਮੈਂ ਟਰਾਲਾ ਭਰਨਾ ਜੀ, ਉੱਧਰਲੀ ਸਾਡ ਆਇਆ ਅੱਗੇ ਕਰ, ਦੇਖਦਾ ਵੀ ਕਿੰਨਾ ਕੁ ਟਾਈਮ ਦਿੰਦਾ। ਲਓ ਜੀ ਪਹੁੰਚ ਗਿਆ ਮੈਂ ਕਾਲੇ ਕੋਲ, ਕਾਲਾ ਮੈਨੂੰ ਦੇਖ ਕੇ ਪਹਿਲੀ ਉੱਧਰ ਨੂੰ ਤੁਰ ਪਿਆ, ਪਤਾ ਨਹੀਂ ਇਹਨੂੰ ਡਰ ਲੱਗ। ਇਹ ਵੀ ਹੈਗਾ, ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਇਹ ਹੈਗੀ ਹੈ 34-34। ਅੱਛਾ, ਉਹ ਹੈਗੀ ਹੈ 73-01। ਠੀਕ ਆ, ਇਹ ਬੁੱਕੇ ਬਹੁਤ ਸੈਟਿੰਗ ਕਰਨੇ ਪੈਂਦੇ। ਹੁਣ ਮੈਂ ਦੇਖਣਾ ਕਿਆ ਹੁੰਦਾ ਵੀ ਕਣੀ ਨਾ ਹੁੰਦੀ ਹੋਵੇ, ਪਿੱਛੇ ਨਾ ਦੇਵੇ। ਇਹ ਬਹੁਤ ਪੰਗੇ ਆ ਵਿੱਕੀ, ਉਹ ਪੰਗੇ ਤਾਂ ਹੈਗੇ ਆ, ਜਿਹੜੇ ਪੰਗੇ ਜਾਣ ਨੂੰ ਪਏ ਵੇ ਉਹ ਵੀ ਨਜਿੱਠਣੇ ਆ। ਆ ਗਿਆ, ਬਸ ਆ ਗਿਆ, ਵੱਢ ਕੇ ਤੇਰੇ ਬਾਪ ਟਰਾਲਾ ਭਰ ਦੇਣਾ ਬਸ। ਚੱਲ ਤੂੰ ਦੇਖ ਕੇ ਆ, ਤੁਸੀਂ ਤੁਹਾਨੂੰ ਕਿਆ ਹੋ ਗਿਆ ਹੁਣ। ਟਰਾਲਾ ਤਾਂ ਬਰਾਬਰ ਚਾਹੀਦਾ। ਅੱਛਾ, ਹੁੱਕ ਉੱਪਰ ਪਾ ਲਈ ਥੋੜੀ ਜੀ, ਕਰ ਲਾ ਕਹਾਂ ਹੋਰ ਪਤਾ। ਹਾਂ ਕਰ 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 ਕਰ, ਬਸ ਛੱਡ ਦੇ ਥੱਲੇ। ਟਰੈਕਟਰ ਕਹਾਂ ਕੱਢ ਲਾ, ਸੌਖਾ ਪਊਗਾ। ਟਰੈਕਟਰ ਅੱਗੇ ਕਰ, ਬੜੇ ਵੀਰ ਜੀ ਦੀ ਗੱਲ ਮੰਨੀ ਦੀ ਹੁੰਦੀ ਆ। ਹਾਂ, ਬੜੇ ਵੀਰ ਜੀ ਦੀ ਗੱਲ ਮੰਨ ਲਈ ਦੀ ਹੁੰਦੀ ਆ, ਜੋ ਉਹ ਕਹਿੰਦੇ ਹੁੰਦੇ ਨਾ। ਹਾਂ, ਇਹੀ ਘੱਟ ਵੱਧ ਮੰਨਦਾ ਸਾਡੀ, ਇਹਦੀਆਂ ਅਸੀਂ ਮੰਨੀ ਜਾਂਦੇ, ਸਾਡੀਆਂ ਨਹੀਂ ਮੰਨਦਾ ਹੈਗਾ। ਉਂਗਲੀ ਨਾ ਦੇ ਲਈ ਆ ਪਿੰਨ ਦੇ ਵਿੱਚ, ਇਹ ਸਭ ਤੋਂ ਬੜਾ ਪੰਗਾ ਜਿਹੜਾ ਉਂਗਲੀ ਆਉਂਦੀ ਨਾ ਵਿੱਚ, ਪੂਰੀ ਪੂਰੀ ਜਗ੍ਹਾ ਹੈ। ਚੱਲ ਇਹ ਵੀ ਜ਼ਰੂਰੀ ਹੈ, ਟਰਾਲੇ ਦਾ ਬੈਲੈਂਸ ਤਾਂ ਹੀ ਬਣਨਾ ਤੁਹਾਡਾ, ਟਰਾਲਾ ਇੱਥੇ ਤਾਂ ਡੱਕ ਹੋ ਜਾਣਾ ਇਹ, ਫਿਰ ਉਹੀ ਜੇ ਪਿੱਛੇ ਨੂੰ ਲਾਲ ਰਿਹਾ। ਉਹ ਚੱਲ ਕਦੇ ਗਲਤੀ ਨੂੰ ਭੁਲੇਖਾ ਲੱਗ ਜਾਂਦਾ, ਗਲਤੀ ਨੂੰ ਭੁਲੇਖਾ ਲੱਗ ਜਾਂਦਾ ਕਈ ਵਾਰ। 7-7 ਮਾਰ ਲਓ ਕਿ ਪਿੰਨ ਨਹੀਂ ਖੁੱਲਦੀ, ਖੁੱਲ ਗਈ, ਦੇਖ ਕੇ ਥੱਲੇ ਪੈਰ ਭਰਨਾ ਗੇਰ ਲਈ, ਹੱਥ ਪਾ ਲਓ ਕਿਰਨਾ, ਕਿਤੇ ਸੱਟ ਖਾ ਲਓ। ਹਾਂ ਇੱਧਰ ਨਹੀਂ ਤਾਂ ਦੋ ਨਿਕਲ ਗਈਆਂ, ਪੁੱਤ ਪੈਰ ਪਿੱਛੇ ਰੱਖੀਦਾ ਹੁੰਦਾ, ਕਈ ਵਾਰ ਹੁੱਕ ਨਿਕਲ ਕੇ ਥੱਲੇ ਗਿਰ ਜਾਵੇ ਬਸ, ਜਦੋਂ ਇਹਨੇ ਤਾਂ ਆਪਣਾ ਲੋਹੇ ਨਾਲ ਕੰਮ ਕਰ ਦੇਣਾ। ਹਾਂ ਹੁਣ ਪਾ ਇਹਨੂੰ ਥੱਲੇ ਸਰ, ਉਹਦੀ ਤਾਂ ਲੱਗ ਗਿਆ ਲੱਤਾਂ ਕੰਬਣ, ਉਹਦੇ ਪਰ ਟਕਾ ਲਾ ਥੱਲੜੀ, ਉਹਦੇ ਪਰ ਜੁੜ ਗਏ ਸਰ ਨਾਲ ਸਰ। ਚੱਲ ਸ਼ੁਕਰ ਆ, ਪੈ ਗਈ ਸੌਖੀ ਜੀ। ਡੈਡੀ ਹੁਣ ਦੇਖ ਬੜੀ ਕਣੀ ਕੁਣੀ ਦੀ ਗੌਰ ਲੱਗਿਆ ਵਾ ਕਰਨ ਤੁਹਾਡਾ, ਹੈ ਜਾਂ ਹੋਰ ਦੇ ਖੇਤ 'ਚ ਚੱਲਦੀ ਹੁੰਦੀ ਫਿਰ। ਨਹੀਂ ਇਹ ਤਾਂ ਥਰੈਸ਼ਰ ਟੈਟ ਆ, ਇਹ ਤਾਂ ਥੱਲੇ ਗਿਰੀ ਵੀ ਤੀ, ਇਹ ਤਾਂ ਐਂ ਹੋ ਗਿਆ, ਇਹ ਤਾਂ ਐਂ ਹੋ ਗਿਆ।
नहीं 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 यदा मैं मशीन पर मैं उदर तू कहा मैं जी पहला काले ने बढ़ाई जी तो जीरी ये तो गिरी हुई पर थ्रैशर बनया वा बी जो हूँ इन उपर थले ला के कर क्या दो घंटे ला देने साढ़े कुछ भी नहीं है ना चल नुकसान तो तुम भी नहीं चाहते भी किसी का नुकसान हो बाकी भाई जो जीरी ज्यादा ही सुक गई उन्हें तो तड़कना ही है जीरी ने एक ट्राला तो दता जी भारा तो हम इन लगे जी ला जगे वाले न एक भर के खड़ाता उधरली साइड ऐतकी वाहगुरु की कृपा नाल जी जीरिया का झाड़ सोहना है पर थोड़ा जहा मंडिया हैरान हो रहे जिमीदार चलो कोई नहीं वाहगुरु कृपा करे भी सारा कुछ सही सलामत कर दे सारे जीरी जुक जाए अपने अपने जोड़े भाई रमान है वो पूरे कर सारे मूरे त्यौहार आ रहे जी दिवाली का भी आ जाने बच्चे गुरपुरब आ जाना मतलब हूँ तो लेके बारहवें महीने के अद तक जी शुरुआत के अद तक समझ लो भी त्यौहार त्यौहार चलने वो बाद शहीदी जोड़ मेले शुरू हो जाने हाँ किमें कनी टोटा किमें बच्चे हूँ करती सैट सारे खेतों से सैट करा करा नठ भज के अच्छा हाँ हूँ क्या सर जाना थोड़ी गेला टेड़ा वाह भाई खत्म होनी हालात टायर देखता अच्छा पानी आ गया लगता मैं उपर खेत का पर नहीं 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 है तेनू दिहाड़ी पर क्या बात रखा बाटे जे साइडा पर रह गई ना जीरी देख ला फिर पैसा कोई नहीं मिलना गिरी हुई तो आही पंगा है सला हटा दे साइड न बट को जाके चकनी पैनी है उसे थले रह जाती है लिया ट्रैक्टर लिया भैया ट्रैक्टर ले आओ नेड़े कला कला ग्यारह बढ़ना पैना हाँ मैं भी ताही आया तेरे को स्पेशल उधर मैं चार बजे पांच बजे ठीक है कि लिया सारे तो अपने घूमने काले नु काले नु काले ने चला लेना ट्रैक्टर जाने ही पौने बढ़ नहीं कड़े गरीबी है जे तो गरीबी होंगी जीरी फिर तो कहते रौला रौला जो थोड़े को पाया पाना कि मैं ये दस कोई बहरला बंदा हो फिर तो काले रौला पाते चंगे लगे तू ही जवाब दे भी मैं थोड़े नाल घूमना नहीं मैं थोड़ी सरपंची के पक्ष च नहीं है कह दे करना ही पैना भाई सब कुछ हूं तो भाई साधन बनाया है महाराज ने तेन मशीन बख्शी है दत्ती है मेहनत करी है हम काम तो करनी पैने भाई दो दिन रह गए
ना ना बढ़ के ट्राला खड़ा देना पहला हफ्ते का खड़ा हो अज गया मंडी सुन ला दो तीन दिन से आए हुए हाले तक किताब नहीं आए आप देख ला दो तीन दिन से आए हुए पांच दिन हो गए एक एक मशीन हो गया अज चौथा दिन है दो एक दिन पहला ला गए छे दिन हो गए मशीन एक होर चल रही है मेरे तो विशाल नहीं बड़ी है सोलह मॉडल अच्छा बाई मॉडल कल आई है इक्की मॉडल फर्क पैंदा नी तेरियां झांजरां खड़कनियां गोडिया का मशीन वधिया बहुत वधिया चलदी थी यार अपने इलाके च बूटे बहुत ज्यादा बूटे करके पंगा रास्ते एक पूरे पूरे अपने तू रात का देखदा क्या सीन था मैं कहना ये कहना भाई एम पी च भी नहीं सड़े अजे रास्ते देखे अच्छा हूं पंड पत्ते दारी होनी है मूहरे दो इन्हें पूछ रहा किन्ने पत्ते दो कह देना दो कट्ठे की पही है बचाले वाली जेडी अपना घूमते भाई मिते भाई ने देखी हां समझ गया पैणी वाली होगी दो कट्ठे की पही है ऊंच बूटे जाड़ा है लाए हुए ऊंच बड़ दो कट्ठे जो होंदे 11 फुट हां ठीक है हां और रह गई उते 9 फुट हां हैं 9 फुट रह गई आले दाले बड़ ली फिर बूटे लगे हुए रब रब करके मैं हथ बनते रात कर साडू नु भी साडू होर दे हाथ पुग दूगी इथे अगे नु मशीन नहीं लाउणी रजिंदर दी बड्डी दी होर बचाड़े किला मैं कहा उरे भी ला दे बूटे कहना देखता मारता निगा सारा ए बुनिया पईयां उते बूटे लाउण दे के छड्या होए निके ਉਹ ਵੀ ਆਪਣੀ ਜਗ੍ਹਾ ਸੱਚਾ ਬੂਟੇ ਦਾ ਮੈਂ ਲਾ ਦਵਾਂ ਤਾਰਾ ਦਾ ਦੇਖ ਲੈ ਐ ਬੁਣਿਆ ਪਿਆ ਜਾਲ ਬਾਈ ਵਾਕੀ ਤੂੰ ਵੀ ਆਪਣੀ ਜਗ੍ਹਾ ਸੱਚਾ ਹੈ ਸਭ ਦੁਖੀ ਆ ਯਾਰ ਸਾਰੇ ਸੁਖੀ ਕੋਈ ਨਹੀਂ ਹੈਗਾ ਖੁਸ਼ ਕੋਈ ਨਹੀਂ ਹੈਗਾ ਨਾਨਕ ਦੁਖੀਆ ਸਭ ਸੰਸਾਰ ਪੂਰੇ ਦੇ ਨਾ ਛੋਟੀ ਜੀ ਚਾਹੀਦੀ ਹੈ ਜਿਹੜੀ ਚੈਨ ਵਾਲੇ ਕੋਲ ਨਹੀਂ ਹੈਗੀ ਸਾਰੀ ਭੰਬੀਰੀ ਜੀ ਉੱਤ ਨੂੰ ਜਿਹੜੀ ਚੀਲੇ ਆਵੇ ਜੋੜੀ ਵਾਲਿਆਂ ਦੀ ਆਈ ਹੋਈ ਹੈ ਉਹਦਾ ਛੋਟਾ ਹੈ ਉਹਦਾ ਹੀ ਕਟਰ ਜਮ ਹੀ ਛੋਟਾ ਜਾ ਨਹੀਂ ਫਿਰ ਵੀ ਉਹੀ ਚਾਹੀਦੀ ਜਿਹੜੀ ਥੋੜੀ 8 ਫੁੱਟ 7 ਕਟਰਾ ਯਾਰ ਦੇ ਜਾ ਜਿੱਥੇ ਲਾਉਣੇ ਬੂਟੇ ਉਹ ਮਿਲਦਾ ਝਾੜਦੀ ਹੈ ਹੈ ਨਾਲ ਜੀ ਕੱਢ ਕੇ ਦੀ ਪਿੱਛੇ ਉਹਦਾ ਪ੍ਰਾਣੀ ਉਹ ਕਰਦੀ ਹੈ ਸਾਫ ਜੀ ਹਾਂ ਉਹ ਚੱਲ ਚੱਲੀ ਜਾਣੀਆਂ ਸਾਰੀਆਂ ਹੌਲੀ ਹੌਲੀ क्या हो गया कनी आउंदी क्या हो गया यार सही ता पंगे हां हां कनी बनाउन लागी थी हां ये ऊपर पता लगदा असल च टैंक च हां कणक दी ऊं भी पुछ बहुत जीरी दी पुछ घट गई जिमीदार होर फसल नहीं बचाउंदी इन्ना कोई सिस्टम ठीक है ना चल वधिया चाहिए पैसे भी वधिया लगे हुए है प्लेट पटक विकी ਉਰੇ ਪਲੇਟ ਪਾਟੇ ਹੈ ਹਾਂ ਪਲੇਟ ਪਾਟ ਕੇ ਉਰੇ ਆ ਲਿਖ ਜਾਉਂਦੀ ਹੈ ਅੱਛਾ 50 ਲਿਖ ਦਿੱਤੀ ਹੈ 5 ਲੱਖ ਰੁਪਿਆ ਦੇ ਦੇ ਉਹਨੂੰ ਹੁਣ ਲਿਖਾ ਦੇਣਾ ਮੈਂ ਤਾਂ 10 ਮਿੰਟ ਨਹੀਂ ਲਾਉਣੇ ਜਿਹੜੀ ਜੀਰੀ ਹੋਈ ਹੈ ਸਾਰੀ ਉਹਨੂੰ ਕਹਾ ਭਾਈ ਭਾਈ ਤੇਰੇ ਨਾਂ ਉੱਪਰ ਚੈੱਕ ਕਟਵਾ ਦਿੰਦਾ ਮੈਂ ਦਵਾਈ ਲਿਆਣਾ ਹੁਣ ਜਿੱਦਾਂ ਲਿਆਉਣਾ ਕਿਹੜਾ ਦਵਾਈ ਦਵਾਈ ਬਸ ਉਹ
ਉਹੀ ਬਸ ਸਮਝ ਗਿਆ ਵਾ ਨਹੀਂ ਲੈਣਾ ਕੋਈ ਪਹਿਲਾਂ ਨਾ ਲਿਆ ਵਾ ਸੱਤੇ ਬਸ ਉਹੀ ਲਿਆਉਣਾ ਮੈਂ ਵੀ ਡਿਸਾਈਡ ਕਰ ਲਿਆ ਵਾ ਉਹੀ ਲਿਆਉਣਾ ਉਹੀ ਲਿਆਣਾ ਹਾਂ ਉਹੀ ਮੰਗ ਕੇ ਪਾਲੇ ਕਰਨਾ ਤੇ ਉੱਤੇ ਆ ਗਈ ਬਸ ਆ ਗਈ ਨੇੜੇ ਬਾਈ ਜੀ ਜੁੱਤੀ ਝਾੜ ਕੇ ਠੀਕ ਹੈ ਨਾ ਆ ਗਈ ਨੇੜੇ ਹਾਂ ਬਸ ਕੋਈ ਚੱਕਰ ਆ ਗਈ ਨੇੜੇ ਉੱਥੇ ਡਬਲ ਹਿੱਸੇ ਵਾਲੇ ਬਥੇਰੇ ਪਏ ਹੋਣੇ ਤੇ ਲੈ ਕੇ ਆਉਂਗਾ ਚੱਕ ਜਿੱਥੇ ਆਪਾਂ ਲੰਗਰ ਲਾਉਂਦੇ ਹੁੰਦੇ ਉਹਦੇ ਨਾਲੇ ਹੁੰਦੀ ਸਾਹਮਣੇ ਜੇ ਦੁਕਾਨ ਉਹ ਕੱਲ ਨਹੀਂ ਪਸੰਦ ਆਇਆ ਕੱਲ ਦੁਸਹਿਰਾ ਦਾ ਕੱਲ ਸਫਾਈ ਦੇ ਕੇ ਆਏ ਕੱਲ ਕੱਲ ਦੇਖਿਆ ਇਹ ਉਹ ਕਹਿੰਦੇ ਬਾਈ ਕੋਈ ਨਹੀਂ ਕਲਰ ਨਹੀਂ ਤਾਂ ਵਧੀਆ ਕਰਿਆ ਵਾ ਕੱਲ ਬੜੀ ਸਵਾ ਨੂੰ ਤੁਹਾਨੂੰ ਵਧੀਆ ਮਿਲ ਜੂਗਾ ਹਰੇ ਰੰਗ ਦਾ ਕਲਰ ਨਹੀਂ ਤਾਂ ਕਰਿਆ ਵਾ ਹੋਰੇ ਲਾਲ ਪੀਲੇ ਜੇ ਕਰੇ ਵੇ ਤੇ ਤਾਂ ਕਰਕੇ ਕੈਨਸਲ ਕਰਤਾ ਸਫਾਈ ਦੇ ਆਂਦੀ ਆਪਣੇ ਦੁਸ਼ਹਿਰੇ ਕਿੱਥੇ ਯਾਰ ਨਾ ਦੀਵਾਲੀ ਨਾ ਦੁਸ਼ਹਿਰੇ ਆਪਣੇ ਤਾਂ ਵਿੱਚੇ ਨਾ ਜਾਂਦੇ ਇਹਦੇ ਕੋਈ ਅੱਜ ਕਹਿੰਦਾ ਅਸੀਂ ਤਾਂ ਅੱਜ ਮੱਥਾ ਟੇਕਿਆ ਬਾਈ ਦਸਵੀਂ ਦਾ ਚਮਕੌਰ ਸਾਹਿਬ ਦੁਸਹਿਰਾ ਬਹੁਤ ਭਰਿਆ ਕੱਲ ਹਾਂ ਬਹੁਤ ਘੱਟ ਸੀ ਸੰਗਤਾਂ ਦਾ ਚਲੋ ਬਾਕੀ ਇਹੀ ਗੱਲ ਆ ਨਿੱਕੀ ਯਾਰ ਇਹ ਕਿਆ ਸਿਸਟਮ ਹੈ ਇਹਦਾ ਕਿਆ ਹੋ ਗਿਆ ਦੇਖੀ ਇੱਕ ਪਿੰਨ ਦਾ ਅੱਗੇ ਘਾਹਾ ਪਿੰਨਾ ਮੂਹਰੇ ਵੀ ਦੇਈ ਵੀ ਜੇ ਕੋਈ ਪਿੰਨ ਘੱਟ ਵੱਧ ਗਈ ਕਿਤੇ ਗਿਰ ਗਈ ਅੱਛਾ ਆ ਪਿੰਨ ਟੋਚਨ ਨੂੰ ਪਾਈ ਵੀ ਆ ਆਹ ਦੂਈ ਹੋ ਗਈ ਸਹੀ ਗੱਲ ਆ ਸਹੀ ਗੱਲ ਆ ਤਾਂ ਮੈਂ ਕਿੰਨੇ ਕੁ ਟਾਈਮ ਤੱਕ ਲਿਆਵਾਂ ਟਰੈਕਟਰ ਖੜਾਉਣਾ ਤੁਹਾਨੂੰ ਇੱਕ ਨੀ ਜਾ ਤੁਸੀਂ ਉਸ ਤੇ ਲਾ ਦੇਣੀ ਨਾ ਮਸ਼ੀਨਰੀ ਲਾ ਕੇ ਅਗਲੇ ਦੇ ਫਿਰ ਅਗਲਾ ਖੜਾ ਦਿੰਦਾ ਹੁੰਦਾ ਉਹ ਕਹਿੰਦੇ ਪੰਜਾਬੀਆਂ ਦੇ ਹੱਥ ਨੀ ਡਿੱਗਦੇ ਇਹਨੂੰ ਖੋਲ ਕੇ ਦੇਖ ਲੋ ਕਿਆ ਇਹਦੇ ਵਿੱਚ ਤਾਰ ਆ ਅੱਛਾ ਅੱਛਾ ਪੁੱਛ ਰਿਹਾ ਇਹ ਵੀ ਠੀਕ ਨਿਆਣਾ ਯਾਰ ਮੈਂ ਨਿਆਣਾ ਨਹੀਂ ਉਹ ਸਾਡੇ ਕੋਲ ਬਾਈ ਐਡੇ ਐਡੇ ਉਹ ਨਹੀਂ ਨਾ ਹੈਗੇ ਬੜੇ ਬੜੇ ਟਰਾਲੇ ਤੁਸੀਂ ਬੜੇ ਬੜੇ ਟਰਾਲਿਆਂ ਵਾਲੇ ਆ ਫਰਕ ਤਾਂ ਹੁੰਦਾ ਹੀ ਆ ਆ ਸਾਡੇ ਕੋਲ 47 ਮਾਡਲ ਵਾਲਾ ਇੱਕੇ ਟਰਾਲਾ ਉਹੀ ਚਲਾਈ ਜਾਂਦੇ ਅਸੀਂ ਮੇਰੇ ਕੋਲ 47 ਮੈਂ ਕੋਲ 48 ਆ ਇੱਕ ਸਾਲ ਦੀ ਫਰਕ ਆ ਕੋਈ ਫਰਕ ਨਹੀਂ ਹੈਗਾ ਉਹਨਾਂ ਨੇ ਵਿਚਾਰਿਆਂ ਨੇ ਬਣਾਤੇ ਹਾਂ ਉਹਨਾਂ ਨੇ ਬਣਾਤੇ ਸਹੀ ਗੱਲ ਆ ਕਿੰਨੇ ਕੁ ਟਾਈਮ ਤੱਕ ਆ ਜਾਵਾਂ ਘੰਟੇ ਤੱਕ ਆ ਜਾਵਾਂ ਲਾ ਲਾ ਬਈ ਟਰੈਕਟਰ ਲਾਓ ਛੇਤੀ ਭਰ ਕੇ ਜਾਣੇ ਰਸਤੇ 'ਚ ਆ ਗਈਆਂ ਜੀ ਭੇਡਾਂ ਅਤੇ ਮਸ਼ੀਨ ਖੇਤ 'ਚ ਪਹੁੰਚਣ ਵਾਲੀ ਉਹ ਬੱਸ ਭਾਈ ਬੱਸ ਕੋਈ ਨਾ ਥੱਲੇ ਆ ਜਾਓ ਕੋਈ ਬਿਸਲ ਮਾਰ ਮਾਰ ਕੇ ਸੀਟੀਆਂ ਜੀ ਮਾਰ ਮਾਰ ਕੇ ਲੋਟ ਕਰੀ ਜਾਂਦੇ ਜੀ ਇਹਨਾਂ ਨੂੰ ਫਰੀ ਦਾ ਬੋਰਡਰ ਗਰਦ ਥਾਲੀ ਵੀ ਆ ਉਹਨੂੰ ਕਹਿੰਦੇ ਭੇਡ ਚਾਲ ਸਾਰੇ ਹੀ ਮਨ ਹੋ ਗਏ ਜੀ ਸਰਦੀ ਹੋਣ ਵਾਲੀ ਆ ਸ਼ੁਰੂ ਹੁਣ ਕਹਿੰਦੇ ਜੀ ਸਾਰਿਆਂ ਦੀ ਉੱਨ ਤਾਰ ਕੇ ਜੀ ਲੇਖੇ ਲੱਗ ਗਈ ਵਿੱਚ ਵਿਚਾਰਾ ਆ ਵੀ ਲੱਗਿਆ ਵਾ ਸਮਾਨ ਢੋਣ ਅੱਜ ਇੱਕ ਛੋਟਾ ਜਿਹਾ ਮੇਮਣਾ ਵਿੱਚ ਲੱਦਿਆ ਵੀ ਹੋਇਆ ਇਹਨਾਂ ਨੇ ਕੱਢ ਲਾ ਪੁੱਤ ਕੱਢ ਲਾ ਆ ਛੋਟੇ ਛੋਟੇ ਵੀ ਆ ਵਿੱਚ ਟਿੰਟ ਨੂੰ ਚੱਲਾਂ ਡੰਗਰ ਟਰੈਕਟਰ ਆ ਨਾ ਇਹ ਬਹੁਤ ਡੰਗਰ ਆ ਜੀ ਬਿਲਕੁਲ ਬੇਕਾਰ
ਨਹੀਂ ਨਹੀਂ ਜਮੀ ਡੰਗਾ ਟਰੈਕਟਰ ਆ ਜੇ ਕਹਿੰਦੇ ਝੋਟਾ ਟਰੈਕਟਰ ਆ ਤਾਂ ਇਹਨੇ ਖੁਸ਼ ਹੋ ਜਾਣਾ ਤਾਂ ਪੂਰਾ ਇਹਨਾਂ ਬੇਕਾਰ ਹੈ ਲਾ ਲਾ ਟਰੈਕਟਰ ਹਾਂ ਚੱਲ ਕੋਈ ਨੀ ਕੰਮ ਵੀ ਨਿਬੜ ਗਿਆ ਨਿਕਲ ਗਿੱਲਾ ਖੇਤ ਆਪਾਂ ਤਾਂ ਹਾਜ਼ਰ ਹਾਂ ਜਾਂ ਜੀਰੀ ਵੱਧਦੀ ਹੈ ਭਾਈ ਟਰਾਲੇ ਚੋਂ ਵੀ ਇੱਧਰ ਪਾ ਦਿਉ ਕੋਈ ਚੱਕਰ ਨਹੀਂ ਆਪਾਂ ਜਵਾਬ ਨਹੀਂ ਦਿੰਦੇ ਹੈਗੇ ਉਹ ਲਾਤੀ ਟੀ ਸੀ ਲਾਤੀ ਵੀ ਲਾਤੀ ਲੈ ਬਈ ਨਜ਼ਾਰਾ ਆ ਗਿਆ ਕਹਿੰਦਾ ਨਜ਼ਾਰਾ ਮੁੰਡਾ ਹਾਂ ਸੀ ਬੰਨ ਤਾ ਤਾਹੀ ਗਿਆ ਭਾਈ ਉਹ ਥੱਲੇ ਉਤਰਿਆ ਥੱਲੇ ਉਤਰਿਆ ਉੱਪਰ ਖੜਾ ਗੱਲਾਂ ਮਾਰੀ ਜਾਂਦਾ ਕੰਮ ਕੋਈ ਹੈ ਨੀ ਹੁਣ ਦੇਖੀ ਦੇਖੀ ਦਾੜੇ ਸੰਭਾਲਣ ਨੂੰ ਕਿੱਕੜਾ ਕਹਿੰਦਾ ਹੁਣ ਜਾਂ ਹੋਰ ਦੀ ਮਸ਼ੀਨ ਕਰਨਾ ਹੁੰਦਾ ਕੱਦਾ ਮਾਰਦਾ ਘੜਾ ਕਚਾਰੇ ਪਰੇ ਚੱਲ ਪਾਦਾ ਫੇਰ ਗਿਰਦੇ ਥੱਲੇ ਕਈ ਪਰ ਕਿਹੜੇ ਟਿਕਣੇ ਹੈ ਨੀ ਕਿਲੋ ਖਾਂਡਾ ਤਾਂ ਹੀ ਦਿੱਤੇ ਹੈ ਰੱਬ ਨੇ ਨਹੀਂ ਦੇਣੇ ਨਹੀਂ ਦੇ ਮਿਹਨਤ ਕਰੀ ਹੋਈ ਆ ਉਹ ਪਤਾ 18 ਫੁੱਟਾ ਮੈਨੂੰ ਵੀ ਪਤਾ ਉਤਰਿਆ ਥੱਲੇ ਤੇਰਾ ਟਰੈਕਟਰ ਜਮੀ ਡੰਗਰ ਟਰੈਕਟਰ ਆ ਇਹ ਫਿਰ ਮੈਂ ਡੰਗਰ ਕਹਿ ਤਾਂ ਤੂੰ ਝੋਟਾ ਕਹਿੰਦਾ ਫਰਕ ਇੰਨਾ ਗਿਆ ਬਸ ਨਹੀਂ 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 ਹੈ ਤਾਂ ਡੰਗਰ ਆ ਫਿਰ ਤੈਨੂੰ ਮੈਂ ਵੀ ਤਾਂ ਉਹੀ ਗੱਲ ਕਰਦਾ ਤੇਰੇ ਨਾਲ ਉਹ ਡੰਗਰ ਟਰੈਕਟਰ ਆ ਇਹਦਾ ਜਮੀ ਉਹ ਆਇਆ ਯਾਰ ਇਹਨਾਂ ਦੀਆਂ ਗੱਲਾਂ ਨੀ ਮੁੱਕਣੀਆਂ ਜੇ ਆਪਾਂ ਜੀਰੀ ਵੱਢੀਏ ਆ ਗਈ ਜੀ ਮਸ਼ੀਨ ਹੁਣ ਤਾਂ ਨੱਠ ਭੱਜ ਪਈ ਆ ਤਾਰ ਲੈ ਭਰਾਵਾ ਇੱਥੇ ਨੂੰ ਹੌਲੀ 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 ਮੈਂ ਨੀ ਪੀਣਾ ਪੁੱਤ ਪਾਪਾ ਜੀ ਨੂੰ ਮੈਂ ਪੀਣੀ ਉਹ ਨੀ ਮੈਂ ਠੰਡਾ ਪੀਂਦਾ ਨੀ ਪੁੱਤ ਨਹੀਂ ਨਹੀਂ ਥੈਂਕ ਯੂ ਧੰਨਵਾਦ ਮੈਂ ਪਹਿਲਾਂ ਫੜਾ ਪਾਪਾ ਜੀ ਆ ਲਓ ਜੀ ਤੂੰ ਪੀ ਲਾ ਖਿੱਚ ਦੇ ਕੰਮ ਨੂੰ ਜਿਹੜੀ ਬਾਕੀ ਵਾਜੀ ਨਾ 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 ਤੂੰ ਲੈ ਜਾ ਇੰਨਾ ਨੀ ਉਹਦਾ ਜ਼ਹਿਰ ਆ ਖਤਮ ਕਰ ਦੋ ਹੁਣ ਤੇ ਛੱਡਣਾ ਹੁਣ ਇੰਨਾ ਕੀ ਕਰਨਾ ਆ ਰੱਖ ਲਿਆ ਜੀ ਬੀਜ ਗਾਹਾਂ ਵਾਸਤੇ ਤਿੰਨ ਟੋਟੇ ਭਰ ਲਏ ਤੇ ਹੁਣ ਧਰਾ ਦਿਓ ਤੁਸੀਂ ਮੈਨੂੰ ਇੱਕ ਵਾਰ ਚਕਾਏ ਦਿਓ ਇੱਥੇ ਤੁਹਾਨੂੰ ਖਿੱਚੋ ਤੂੰ ਕਰਨੀ ਪੈਣੀ ਔਖੀ ਹੋ ਜਾਣੀ ਹਾਂ ਮੈਂ ਟਰੈਕਟਰ ਕਰਦਾ ਉੱਥੋਂ ਨੂੰ ਨੇੜੇ ਨੂੰ ਹਾਂਜੀ ਹਾਂ
चल दिए घर।